ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਲੈਕਚਰ ਅਥਵਾ ਕਥਾ ਕਰਨ ਦੇ ਸਿਲਸਿਲੇ ਵਿੱਚ ਸੋਢੀ ਹਰਭਜਨ ਸਿੰਘ ਜੀ ਨੂੰ ਅੰਬਾਲੇ ਛੋਨੀ ਤੋਂ ਇੱਕ ਚਿੱਠੀ ਆਈ ਅਤੇ ਉਹ ਨਿਯਤ ਦਿਨ ਅਤੇ ਕਲਕੱਤਾ ਮੇਲ ਵਿੱਚ ਬੈਠ ਕੇ ਰਾਤ ਦੇ 12:30 ਵਜੇ ਅੰਬਾਲੇ ਛੋਨੀ ਪਹੁੰਚ ਗਏ। ਸਵੇਰ ਸਾਰ ਜਦ ਸੈਕਟਰੀ ਸਾਹਿਬ ਗੁਰਦੁਆਰੇ ਆਏ ਤਾਂ ਸੋਢੀ ਹਰਭਜਨ ਸਿੰਘ ਜੀ ਨੇ ਉਹਨਾਂ ਨੂੰ ਚਿੱਠੀ ਦਿਖਾਈ। ਉਹ ਇੱਕਦਮ ਗਰਮ ਹੋ ਗਏ ਅਤੇ ਸੋਢੀ ਹਰਭਜਨ ਸਿੰਘ ਜੀ ਨੂੰ ਬਹੁਤ ਕੁਝ ਬੁਰਾ ਭਲਾ ਆਖਿਆ। ਚਿੱਠੀ ਦਾ ਉੱਤਰ ਕਿਉਂ ਨਹੀਂ ਦਿੱਤਾ ਅਤੇ ਉਹਨਾਂ ਇਹ ਵੀ ਆਖਿਆ ਕਿ ਚਿੱਠੀ ਦਾ ਜਵਾਬ ਨਾ ਦੇਣ ਕਰਕੇ ਉਹਨਾਂ ਨੇ ਤਾਂ ਉਹਨਾਂ ਦੇ ਆਉਣ ਦੀ ਉਮੀਦ ਹੀ ਉਤਾਰ ਦਿੱਤੀ ਸੀ। ਉਹਨਾਂ ਨੇ ਗੁੱਸੇ ਵਿੱਚ ਇਹ ਵੀ ਕਹਿ ਦਿੱਤਾ ਕਿ ਸਾਨੂੰ ਤੁਹਾਡੀ ਹੁਣ ਕੋਈ ਲੋੜ ਨਹੀਂ, ਤੁਸੀਂ ਵਾਪਸ ਜਾ ਸਕਦੇ ਹੋ। ਸੋਢੀ ਹਰਭਜਨ ਸਿੰਘ ਜੀ ਅੱਗੇ ਲਿਖਦੇ ਹਨ ਕਿ ਮੈਂ ਆਪਣਾ ਅਟੈਚੀ ਚੁੱਕਿਆ ਅਤੇ ਬੱਸ ਸਟੈਂਡ ਤੇ ਜਾ ਕੇ ਸ਼ਾਹਬਾਦ ਮਾਰਕੰਡੇ ਦੀ ਬੱਸ ਲੈ ਲਈ। ਪਿੱਛੋਂ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਆਏ। ਸਕੱਤਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਸੋਢੀ ਹਰਭਜਨ ਸਿੰਘ ਜੀ ਦੀ ਬੇਇੱਜ਼ਤੀ ਕਰ ਉਹਨਾਂ ਨੂੰ ਵਾਪਸ ਮੋੜ ਦਿੱਤਾ ਹੈ। ਤਾਂ ਇਸ ਉੱਤੇ ਪ੍ਰਧਾਨ ਸਾਹਿਬ ਨੇ ਸਮਝਾਇਆ ਕਿ ਉਹ ਤਾਂ ਇੱਕ ਤਰ੍ਹਾਂ ਦੀ ਸੇਵਾ ਹੀ ਕਰਦੇ ਹਨ, ਤੁਸੀਂ ਇਹ ਠੀਕ ਨਹੀਂ ਕੀਤਾ, ਉਹਨਾਂ ਨੂੰ ਟਾਈਮ ਦੇ ਦਿਓ ਅਤੇ ਕਿਸੇ ਸਿੰਘ ਨੂੰ ਭੇਜ ਕੇ ਵਾਪਸ ਬੁਲਾਓ। ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਢੀ ਹਰਭਜਨ ਸਿੰਘ ਜੀ ਨੂੰ ਇੱਕ ਸੇਵਾਦਾਰ ਬੱਸ ਸਟੈਂਡ ਤੇ ਲੈਣ ਗਿਆ ਅਤੇ ਕਿਸੇ ਵੀ ਹਿੱਲੇ ਵਿਸੇਲੇ ਉਹਨਾਂ ਨੂੰ ਵਾਪਸ ਲੈ ਆਇਆ, ਕਿਉਂਕਿ ਸੈਕਟਰੀ ਸਾਹਿਬ ਬਹੁਤ ਨਾਰਾਜ਼ ਸਨ। ਅਤੇ ਸੋਢੀ ਸਾਹਿਬ ਨੂੰ 20 ਮਿੰਟ ਬੋਲਣ ਲਈ ਟਾਈਮ ਦਿੱਤਾ ਗਿਆ ਅਤੇ ਜਦੋਂ ਸੋਢੀ ਹਰਭਜਨ ਸਿੰਘ ਜੀ ਨੇ 20 ਮਿੰਟ ਵਿੱਚ ਹੀ ਲੈਕਚਰ ਖਤਮ ਕਰ ਦਿੱਤਾ ਅਤੇ ਸੰਗਤ ਨੂੰ ਕਿਹਾ ਕਿ ਬਾਕੀ ਦੀ ਇਹ ਲੜੀ ਰਾਤ ਗੁਰਪੁਰਬ ਤੇ ਪੂਰੀ ਕੀਤੀ ਜਾਵੇਗੀ। ਆਰਐਫ ਦੇ ਬੰਦੇ ਜੋ ਗੁਰਦੁਆਰੇ ਆਏ ਹੋਏ ਸਨ ਉਹਨਾਂ ਜ਼ੋਰ ਦਿੱਤਾ ਕਿ ਲੜੀ ਨੂੰ ਪੂਰਾ ਕਰਕੇ ਹੀ ਭੋਗ ਪਾਇਆ ਜਾਵੇਗਾ। ਮਜਬੂਰ ਹੋ ਕੇ ਸੈਕਟਰੀ ਸਾਹਿਬ ਨੂੰ ਇਹ ਮੰਨਣਾ ਪਿਆ ਅਤੇ ਰਾਤ ਨੂੰ 1 ਵਜੇ ਪ੍ਰਕਾਸ਼ ਉਤਸਵ ਤੇ ਬੋਲਣ ਲਈ ਸਮਾਂ ਦਿੱਤਾ ਗਿਆ। ਪ੍ਰੋਫੈਸਰ ਰਾਮ ਸਿੰਘ ਜੀ ਦੀ ਇੱਕ ਰਾਣੀ ਚੇਲੀ ਬਣੀ ਹੋਈ ਸੀ ਜੋ ਉਹਨਾਂ ਨੂੰ ਸੁਣਨ ਲਈ ਸਵੇਰੇ ਅਤੇ ਸ਼ਾਮ ਨੂੰ ਗੁਰਦੁਆਰੇ ਆਈ ਹੋਈ ਸੀ। ਉਸਨੇ ਜਦੋਂ ਸੋਢੀ ਹਰਭਜਨ ਸਿੰਘ ਜੀ ਦਾ ਲੈਕਚਰ ਸੁਣਿਆ ਤਾਂ ਉਹ ਬੜਾ ਪ੍ਰਭਾਵਿਤ ਹੋਈ ਅਤੇ ਸੰਤ ਜੀ ਨੂੰ ਕਹਿਣ ਲੱਗੀ, ਮੈਨੂੰ ਉਹਨਾਂ ਸੰਤਾਂ ਨਾਲ ਮਿਲਾ ਦਿਓ। ਅਤੇ ਉਸ ਸੰਤ ਨੇ ਇਹ ਅਨੁਭਵ ਕੀਤਾ ਕਿ ਸੋਢੀ ਜੀ ਦੇ ਆਉਣ ਦੇ ਨਾਲ ਉਹਨਾਂ ਦੀ ਪੋਜੀਸ਼ਨ ਕੁਝ ਨੀਵੀਂ ਹੋ ਗਈ ਹੈ, ਜੋ ਕਿ ਉਹ ਬਿਲਕੁਲ ਨਹੀਂ ਚਾਹੁੰਦੇ ਸਨ। ਇਸ ਲਈ ਉਹ ਬਹਾਨਾ ਬਣਾ ਕੇ ਟਾਲਦੇ ਰਹੇ। ਇੱਕ ਦਿਨ ਜਦੋਂ ਸੋਢੀ ਹਰਭਜਨ ਸਿੰਘ ਜੀ ਗੁਰਦੁਆਰੇ ਆ ਰਹੇ ਸਨ ਤਾਂ ਸੰਤ ਜੀ ਉਹਨਾਂ ਨੂੰ ਆਪਣੇ ਚੇਲਿਆਂ ਸਮੇਤ ਰਸਤੇ ਵਿੱਚ ਮਿਲੇ ਅਤੇ ਮਿਲਦਿਆਂ ਸਾਰ ਕਿਹਾ ਕਿ ਸਾਰੇ ਅੰਬਾਲੇ ਵਿੱਚ ਆਪ ਜੀ ਦੀ ਹੀ ਉਸਤਤੀ ਹੋ ਰਹੀ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਹਾਂ, ਜੇਕਰ ਤੁਸੀਂ ਪ੍ਰਵਾਨ ਕਰ ਲਵੋ ਤਾਂ ਤੁਸੀਂ ਖੁਦ ਦੇਖੋਗੇ ਕਿ ਸਾਰੀ ਦੁਨੀਆ ਤੁਹਾਡੇ ਪੈਰਾਂ ਤੇ ਟੈ ਪਵੇਗੀ। ਜਿੰਨਾ ਤੁਹਾਡੇ ਪਾਸ ਗੁਣ ਹੈ, ਜੇਕਰ ਥੋੜਾ ਜਿਹਾ ਮਕਰ ਕਰੋ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਬਣ ਜਾਵੇਗਾ। ਉਹਨਾਂ ਅਖਾਣ ਪਾਇਆ, ਖੀਰ ਖਾਈਏ ਸ਼ਕਰ ਸੇ ਔਰ ਦੁਨੀਆ ਲੂਟੀਏ ਮਕਰ ਸੇ। ਤੁਸੀਂ ਕੋਟ ਪਤਲੂਨ ਤੇ ਟਾਈ ਲਗਾ ਕੇ ਕਥਾ ਕਰਦੇ ਹੋ, ਇਸ ਨੂੰ ਉਤਾਰ ਦਿਓ। ਮੈਂ ਤੁਹਾਨੂੰ ਇੱਕ ਸੰਤਾਂ ਵਾਲਾ ਰੇਸ਼ਮੀ ਚੋਲਾ ਦਿੰਦਾ ਹਾਂ, ਉਹ ਪਾ ਲਵੋ। ਦਾੜੀ ਖੋਲ ਦਿਓ, ਕਿਰਪਾਨ ਜਿਉਂ ਥੱਲਿਓਂ ਦੀ ਪਾਉਂਦੇ ਹੋ ਉੱਪਰ ਦੀ ਪਾ ਲਵੋ ਅਤੇ ਪੱਗ ਗੋਲ ਬੰਨ ਲਵੋ, ਫਿਰ ਦੇਖੋ ਕੀ ਬਣਦਾ ਹੈ। ਕੁਝ ਦੇਰ ਸੋਚ ਵਿਚਾਰ ਕਰਕੇ ਸੋਢੀ ਹਰਭਜਨ ਸਿੰਘ ਜੀ ਨੇ ਫੈਸਲਾ ਕੀਤਾ ਕਿ ਚਲੋ ਇਹ ਵੀ ਇੱਕ ਤਰ੍ਹਾਂ ਦਾ ਜੀਵਨ ਦਾ ਤਜਰਬਾ ਹੋ ਜਾਵੇਗਾ। ਰਾਣੀ ਸਾਹਿਬਾਂ ਨੇ ਉਹਨਾਂ ਦੇ ਲਈ ਇੱਕ ਪੋਸ਼ਾਕ ਤਿਆਰ ਕਰਵਾਈ ਹੋਈ ਸੀ ਅਤੇ ਇੱਕ ਗੋਲਡਨ ਫਰੇਮ ਦੀ ਐਨਕ ਵੀ ਤਿਆਰ ਕਰਵਾਈ ਸੀ।
ਸੋਢੀ ਹਰਭਜਨ ਸਿੰਘ ਜੀ ਨੇ ਭੇਸ ਬਦਲ ਲਿਆ ਅਤੇ ਮਿੰਟਾਂ ਸਕੰਟਾਂ ਵਿੱਚ ਹੀ ਸੰਤ ਬਣ ਗਏ। ਇਸੇ ਨੂੰ ਭੇਖੀ ਸੰਤ ਕਹਿੰਦੇ ਹਨ। ਕਥਾ ਵਾਰਤਾ ਦੌਰਾਨ ਜਦੋਂ ਰਾਤ ਨੂੰ ਸੰਗਤ ਜੁੜੀ, ਕੀਰਤਨ ਉਪਰੰਤ ਸੰਤ ਜੀ ਦਾ ਲੈਕਚਰ ਸੁਣਿਆ। ਉਹਨਾਂ ਨੇ ਦੱਸਿਆ ਕਿ ਸਾਡੇ ਸ਼ਹਿਰ ਵਿੱਚ ਇੱਕ ਐਸੇ ਮਹਾਂਪੁਰਸ਼ ਆਏ ਹੋਏ ਹਨ ਜਿਨ੍ਹਾਂ ਨੂੰ ਮੈਂ ਇੱਕ ਬਦਮਾਸ਼ ਸਮਝ ਕੇ ਥਾਂ ਥਾਂ ਨਿੰਦਿਆ ਕਰਦਾ ਰਹਾ ਹਾਂ, ਪਰ ਕੱਲ ਰਾਤ ਜੋ ਮੈਂ ਦ੍ਰਿਸ਼ ਵੇਖਿਆ ਉਸਨੇ ਮੇਰੇ ਸਾਰੇ ਵਿਚਾਰ ਹੀ ਬਦਲ ਦਿੱਤੇ। ਰਾਤ ਇਹ ਗੁਰਦੁਆਰੇ ਸੁੱਤੇ ਸਨ ਅਤੇ ਮੈਂ ਇਹਨਾਂ ਦੀ ਤਾੜ ਵਿੱਚ ਸਾਂ। ਕਈ ਵਾਰੀ ਬਾਰੀ ਤਾਈ ਮੈਂ ਉਹਨਾਂ ਨੂੰ ਚਾਕਿਆ, ਪਹਿਲਾਂ ਇਹ ਭਜਨ ਕਰ ਰਹੇ ਸਨ, ਫਿਰ ਮੈਂ ਕੀ ਦੇਖਿਆ ਕਿ ਇਹਨਾਂ ਦਾ ਸੀਚ ਤਾੜ ਨਾਲੋਂ ਵੱਖਰਾ ਪਿਆ ਹੋਇਆ ਸੀ। ਬਾਹਾਂ ਲੱਤਾਂ ਵੀ ਵੱਖਰੀਆਂ ਵੱਖਰੀਆਂ ਪਈਆਂ ਸਨ। ਮੈਂ ਘਬਰਾ ਕੇ ਰੋਲਾ ਪਾਇਆ ਤਾਂ ਇਕਦਮ ਇਹ ਮੁੜ ਸਾਵਧਾਨ ਹੋ ਬੈਠੇ ਅਤੇ ਸਿਮਰਨ ਨਾਲ ਜੁੜ ਗਏ। ਉਹ ਸੰਤ ਸੋਢੀ ਜੀ ਦੀ ਉਸਤਤੀ ਕਰਦੇ ਹੋਏ ਇਹ ਵੀ ਕਹਿਣ ਲੱਗੇ, ਅੱਜ ਕੱਲ੍ਹ ਲੋਕੀ MA ਪਾਸ ਕਰਕੇ ਅਫਸਰ ਬਣ ਗਏ ਹਨ, ਪਰ ਇਹਨਾਂ ਨੇ ਦੇਖਿਆ ਕਿ ਨਾਸਤਿਕਤਾ ਦੀ ਲਹਿਰ ਦਿਨ ਬ ਦਿਨ ਜ਼ੋਰ ਫੜ ਲਈ ਹੈ, ਇਸ ਲਈ ਇਹਨਾਂ ਇਸ ਅੱਗ ਨੂੰ ਬੁਝਾਉਣ ਵਾਸਤੇ ਕਮਰ ਕੱਸਾ ਕੀਤਾ ਹੈ। ਸਾਡੇ ਧੰਨ ਭਾਗ ਹਨ ਜੋ ਸਾਨੂੰ ਉਹਨਾਂ ਦੇ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੰਤਾਂ ਦੇ ਲੈਕਚਰ ਦੇ ਪਿੱਛੋਂ ਜਦੋਂ ਸੋਢੀ ਜੀ ਦੀ ਵਾਰੀ ਆਈ ਅਤੇ ਉਹਨਾਂ ਨੇ ਕਥਾ ਵਿਚਾਰ ਸ਼ੁਰੂ ਕੀਤੀ, ਭੋਗ ਉਪਰੰਤ ਸਾਰੀ ਸੰਗਤ ਸੋਢੀ ਹਰਭਜਨ ਸਿੰਘ ਜੀ ਦੇ ਦੁਆਲੇ ਹੋ ਗਈ ਅਤੇ ਭਿੰਨ ਭਿੰਨ ਅੱਖਰਾਂ ਨਾਲ ਉਹਨਾਂ ਦੀ ਉਸਤਤੀ ਕਰਨ ਲੱਗੀ। ਸੰਤਾਂ ਦੀ ਪੁਸ਼ਾਕ, ਸੰਤਾਂ ਦਾ ਭੇਸ ਬਦਲਣ ਦੀ ਹੀ ਦੇਰ ਸੀ ਕਿ ਵੱਡੇ ਵੱਡੇ ਅਫਸਰ ਵੀ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਏ ਅਤੇ ਘਰ ਜਾ ਕੇ ਪ੍ਰਸ਼ਾਦ ਸਕਣ ਲਈ ਬੇਨਤੀ ਕਰਨ ਲੱਗ ਪਏ। ਉਹ ਵੀ ਹੈਰਾਨ ਸਨ ਕਿ ਕੁਝ ਘੰਟੇ ਪਹਿਲੇ ਤਾਂ ਮੈਂ ਇੱਕ ਨਖਿੱਦ ਜਿਹਾ ਬੰਦਾ ਸੀ, ਸਿਰਫ ਭੇਖ ਬਣਾਉਣ ਨਾਲ ਹੀ ਮੈਨੂੰ ਸਾਰੀ ਸੰਗਤ ਨੇ ਸਿਰ ਤੇ ਚੁੱਕ ਲਿਆ ਹੈ। ਅੰਬਾਲਾ ਡਿਵੀਜ਼ਨ ਦੇ ਕਮਿਸ਼ਨਰ ਸਰਦਾਰ ਲਕਸ਼ਮਣ ਸਿੰਘ ਜੀ ਵੀ ਆਪਣੀ ਕਾਰ ਵਿੱਚ ਬਿਠਾ ਕੇ ਉਹਨਾਂ ਨੂੰ ਆਪਣੇ ਘਰ ਲੈ ਗਏ। ਉਹਨਾਂ ਦੇ ਪੈਰ ਧੋ ਕੇ ਸਾਰੀਆਂ ਸੰਗਤਾਂ ਨੇ ਪੀਤੇ ਅਤੇ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਭੋਜਨ ਛਕਾ ਕੇ ਰਾਤ ਉੱਥੇ ਹੀ ਰਹਿਣ ਦਾ ਪ੍ਰਬੰਧ ਕੀਤਾ ਗਿਆ। ਹੁਣ ਸੰਤ ਜੀ ਉਹਨਾਂ ਨੂੰ ਹਰ ਜਗ੍ਹਾ ਆਪਣੇ ਨਾਲ ਲੈ ਕੇ ਜਾਣ ਲੱਗ ਪਏ। ਸੋਢੀ ਜੀ ਅੱਗੇ ਲਿਖਦੇ ਹਨ ਕਿ ਅਸੀਂ ਸਾਰੇ ਮਿਲ ਕੇ ਅਖੰਡ ਪਾਠ ਕਰ ਲੈਂਦੇ ਸਾਂ, ਕੀਰਤਨ ਕਰ ਲੈਂਦੇ ਸਾਂ, ਕਥਾ ਵੀ ਹੋ ਜਾਂਦੀ ਸੀ ਅਤੇ ਰਾਜੇ ਮਹਾਰਾਜਿਆਂ ਵੱਲੋਂ ਮਾਇਆ ਬਣ ਲੱਗ ਪਈ। ਰਾਣੀ ਸਾਹਿਬਾਂ ਨੇ ਸਾਨੂੰ ਸਿਰ ਤੇ ਚੁੱਕ ਲਿਆ। ਵੱਡੇ ਵੱਡੇ ਘਰਾਣਿਆਂ ਵਿੱਚ ਸਾਡੀ ਆਓ ਭਗਤ ਹੋਣ ਲੱਗ ਪਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੇ ਉਤਸਵ ਤੇ ਪਟਿਆਲੇ ਦੇ ਮਹਾਰਾਜਾ ਜਦਵਿੰਦਰ ਸਿੰਘ ਜੀ ਵੱਲੋਂ ਅਹਿਲਕਾਰ ਭੇਜੇ ਗਏ ਕਿ ਅਸੀਂ ਜਥੇ ਸਮੇਤ ਪਟਿਆਲੇ ਗੁਰਪੁਰਬ ਤੇ ਪਹੁੰਚੀਏ। ਸਟੇਸ਼ਨ ਤੋਂ ਲੈ ਕੇ ਗੁਰਦੁਆਰੇ ਤੱਕ ਉਹਨਾਂ ਦਾ ਸ਼ਾਹੀ ਸਵਾਗਤ ਕੀਤਾ ਗਿਆ। ਉੱਥੇ ਵੀ ਸੰਤਾਂ ਨੇ ਆਪਣੀ ਪੂਰੀ ਵਾਹ ਲਾ ਕੇ ਸੋਢੀ ਜੀ ਦੀ ਉਸਤਤੀ ਕੀਤੀ, ਜਿਸ ਕਰਕੇ ਹਰ ਪਾਸੇ ਉਹਨਾਂ ਦੀ ਵਾਹ ਵਾਹ ਹੋ ਗਈ। ਇਸ ਤੋਂ ਬਾਅਦ ਵਿੱਚ ਮੋਤੀ ਮਹਿਲ ਤੋਂ ਪੁੱਜ ਕੇ ਮਹਾਰਾਜ ਸਾਹਮਣੇ ਰਾਣੀਆਂ ਨੂੰ ਦਰਸ਼ਨ ਦੇਣ ਦੀ ਬੇਨਤੀ ਵੀ ਕੀਤੀ। ਸੋਢੀ ਹਰਭਜਨ ਸਿੰਘ ਜੀ ਨੇ ਕਿਹਾ, ਅਸੀਂ ਸ਼ਾਮ ਦੀ ਗੱਡੀ ਵਾਪਸ ਚਲੇ ਜਾਣਾ ਹੈ ਕਿਉਂਕਿ ਅਸੀਂ ਅੰਬਾਲਾ ਚੱਲਣ ਲੱਗਿਆਂ ਸੰਗਤ ਨੂੰ ਕਹਿ ਕੇ ਆਏ ਸਾਂ। ਰਿਆਸਤ ਦੇ ਪ੍ਰਾਈਮ ਮਿਨਿਸਟਰ, ਚੀਫ ਜਸਟਿਸ ਅਤੇ ਹੋਰ ਵੱਡੇ ਵੱਡੇ ਅਹਿਲਕਾਰਾਂ ਨੇ ਬੜਾ ਜ਼ੋਰ ਲਗਾਇਆ। ਸੋਢੀ ਹਰਭਜਨ ਸਿੰਘ ਜੀ ਨੇ ਕਿਹਾ, ਮੈਂ ਕਿਸੇ ਕੀਮਤ ਤੇ ਵੀ ਸੰਗਤ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਮਜਬੂਰ ਹੋ ਕੇ ਉਹਨਾਂ ਨੂੰ ਸਟੇਸ਼ਨ ਤੇ ਪਹੁੰਚਾ ਦਿੱਤਾ ਗਿਆ। ਪ੍ਰਾਈਮ ਮਿਨਿਸਟਰ ਦੇ ਘਰ ਪਿੰਨੀਆਂ ਦਾ ਪ੍ਰਸ਼ਾਦ ਬਣ ਰਿਹਾ ਸੀ, ਉਹ ਵੀ ਗਰਮ ਗਰਮ ਕੜਾਹੀ ਲੈ ਕੇ ਸਟੇਸ਼ਨ ਤੇ ਪਹੁੰਚ ਗਏ। ਗੱਡੀ ਨੂੰ ਅੱਧਾ ਘੰਟਾ ਲੇਟ ਕਰ ਦਿੱਤਾ ਗਿਆ, ਉਹ ਤਾਂ ਹੀ ਚੱਲੀ ਜਦੋਂ ਉਹਨਾਂ ਵਾਸਤੇ ਪਿੰਨੀਆਂ ਵੱਟ ਕੇ ਕਲਸਤਰ ਵਿੱਚ ਪਾ ਦਿੱਤੀਆਂ ਗਈਆਂ। ਮਹਾਰਾਜ ਸਾਹਿਬ ਵੀ ਕਹਿਣ ਲੱਗੇ ਕਿ ਮੈਂ ਜਿਹਨੂੰ ਚਾਹੁੰਦਾ ਹਾਂ ਉਹ ਮੈਨੂੰ ਨਹੀਂ ਚਾਹੁੰਦਾ ਅਤੇ ਜੋ ਮੈਨੂੰ ਚਾਹੁੰਦੇ ਹਨ ਮੈਂ ਉਹਨਾਂ ਨੂੰ ਨਹੀਂ ਚਾਹੁੰਦਾ, ਕਿਉਂਕਿ ਉਹ ਸੋਢੀ ਹਰਭਜਨ ਸਿੰਘ ਜੀ ਨੂੰ ਇੱਕ ਸੱਚਮੁੱਚ ਦਾ ਪੂਰਨ ਸੰਤ ਸਮਝ ਰਹੇ ਸਨ। ਜਦੋਂ ਸੋਢੀ ਜੀ ਵਾਪਸ ਅੰਬਾਲੇ ਆ ਗਏ ਤਾਂ ਇੱਕ ਦਿਨ ਮਹਾਰਾਜ ਸਾਹਿਬ ਆਪਣਾ ਸਮਾਂ ਕੱਢ ਕੇ ਸੋਢੀ ਜੀ ਨੂੰ ਮਿਲਣ ਵਾਸਤੇ ਅੰਬਾਲੇ ਆ ਗਏ ਅਤੇ ਉਹਨਾਂ ਨੇ ਆ ਕੇ ਜਦੋਂ ਸੋਢੀ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਤਾਂ ਸੋਢੀ ਸਾਹਿਬ ਜੀ ਦੀ ਵੀ ਚੀਕ ਨਿਕਲ ਗਈ ਕਿ ਮੇਰੀ ਤਾਂ ਕੀਮਤ ਤਕੇ ਦੀ ਵੀ ਨਹੀਂ ਹੈ। ਸੋਢੀ ਜੀ ਸੋਚਣ ਲੱਗੇ
ਕਿ ਮਹਾਰਾਜ ਸਾਹਿਬ ਏਡੀ ਵੱਡੀ ਹਸਤੀ ਹਨ, ਮੈਨੂੰ ਕਿਸੇ ਸਿਪਾਹੀ ਨੂੰ ਹੁਕਮ ਦੇ ਕੇ ਹਥਕੜੀਆਂ ਲਵਾ ਕੇ ਹਵਾਲਾਤ ਵਿੱਚ ਬੰਦ ਕਰਵਾ ਸਕਦੇ ਹਨ? ਮੈਨੂੰ ਕਿਹੜਾ ਸਰਖਾਵ ਦਾ ਪਰ ਲੱਗਾ ਹੋਇਆ ਹੈ ਜੋ ਮੇਰਾ ਇੰਨਾ ਸਤਿਕਾਰ ਕੀਤਾ ਜਾ ਰਿਹਾ ਹੈ? ਸੰਤ ਜੀ ਨੇ ਮਹਾਰਾਜ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆ ਕਿਹਾ ਕਿ ਅਸੀਂ ਬਰਮਾ, ਚੀਨ, ਜਪਾਨ, ਅਮੈਰੀਕਾ, ਇੰਗਲੈਂਡ, ਜਰਮਨ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਾਂਗੇ। ਮਹਾਰਾਜ ਸਾਹਿਬ ਵੀ ਉਹਨਾਂ ਦੇ ਨਾਲ ਸਹਿਮਤ ਹੋ ਗਏ ਅਤੇ ਕਹਿਣ ਲੱਗੇ ਕਿ ਤੁਹਾਡੇ ਸਫ਼ਰ ਅਤੇ ਰਿਹਾਇਸ਼ ਦਾ ਸਾਰਾ ਖਰਚਾ ਉਹ ਖੁਦ ਕਰਨਗੇ ਅਤੇ ਹਰ ਥਾਂ ਤੇ ਉਹਨਾਂ ਦਾ ਪੂਰਾ ਖਿਆਲ ਵੀ ਰੱਖਿਆ ਜਾਵੇਗਾ। ਵੱਡੀਆਂ ਵੱਡੀਆਂ ਸਕੀਮਾਂ ਬਣ ਗਈਆਂ। ਮਹਾਰਾਜ ਸਾਹਿਬ ਖੁਸ਼ੀ ਖੁਸ਼ੀ ਵਿਦਾ ਹੋ ਗਏ ਅਤੇ ਇਸ ਮੁਲਾਕਾਤ ਨੇ ਸੋਢੀ ਜੀ ਦੇ ਮਨ ਤੇ ਐਸਾ ਪ੍ਰਭਾਵ ਪਾਇਆ ਕਿ ਇਹ ਢੋਂਗ ਇੱਕ ਕਿਸਮ ਦਾ ਅਪਰਾਧ ਹੈ, ਜਦਕਿ ਮੈਂ ਤਾਂ ਸੰਤ ਹੀ ਨਹੀਂ ਹਾਂ। ਰਾਤ ਨੂੰ ਜਦ ਸਾਰੇ ਸੋ ਗਏ ਤਾਂ ਉਹਨਾਂ ਨੇ ਆਪਣਾ ਸਾਰਾ ਭੇਸ ਉਤਾਰ ਕੇ ਕੱਪੜੇ ਉੱਥੇ ਹੀ ਰੱਖ ਦਿੱਤੇ ਅਤੇ ਚੁੱਪ ਚਾਪ ਵਾਪਸ ਅੰਮ੍ਰਿਤਸਰ ਪਰਤ ਆਏ। ਪਰ ਮਹਾਰਾਣੀ ਵੱਲੋਂ ਅੰਮ੍ਰਿਤਸਰ ਵਿੱਚ ਵੀ ਉਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਉਹਨਾਂ ਦੇ ਸੇਵਕਾਂ ਨੇ ਸੋਢੀ ਜੀ ਨੂੰ ਲੱਭ ਕੇ ਜਦੋਂ ਮਹਾਰਾਣੀ ਦੇ ਸਾਹਮਣੇ ਪੇਸ਼ ਕੀਤਾ ਤਾਂ ਮਹਾਰਾਣੀ ਕਹਿਣ ਲੱਗੀ ਕਿ ਮਹਾਰਾਜ ਫਰੀਦਕੋਟ ਦੇ ਭਰਾ ਦਾ ਆਨੰਦ ਕਾਰਜ ਹੈ, ਉਹ ਆਨੰਦ ਕਾਰਜ ਪੜਾ ਕੇ ਫਿਰ ਜੋ ਚਾਹੇ ਕਰ ਲੈਣਾ। ਪਰ ਸੋਢੀ ਜੀ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਅਤੇ ਮਜਬੂਰ ਹੋ ਕੇ ਮਹਾਰਾਣੀ ਨੇ ਉਹਨਾਂ ਨੂੰ ਵਾਪਸ ਜਾਣ ਲਈ ਇਜਾਜ਼ਤ ਦੇ ਦਿੱਤੀ। ਇਹ ਸਭ ਇਸ ਲਈ ਹੋਇਆ ਕਿਉਂਕਿ ਜਦੋਂ ਵੱਡੇ ਵੱਡੇ ਲੋਕਾਂ ਨੂੰ ਆਪਣੇ ਅੱਗੇ ਝੁਕਦੇ ਹੋਏ ਸੀਸ ਝੁਕਾਉਂਦੇ ਹੋਏ ਦੇਖਿਆ ਤਾਂ ਉਹਨਾਂ ਦਾ ਅੰਦਰ ਝੰਜੋੜ ਗਿਆ ਅਤੇ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਕਦੀ ਵੀ ਨਕਲੀ ਸੰਤ ਬਣ ਕੇ ਆਪਣੀ ਵਾਹ ਵਾਹ ਨਹੀਂ ਕਰਵਾਉਣਗੇ। ਇਸ ਤੋਂ ਪਿੱਛੋਂ ਉਹਨਾਂ ਨੇ ਭੇਖੀ ਸੰਤ ਦਾ ਚੋਲਾ ਮੁੜ ਕਦੇ ਨਹੀਂ ਪਾਇਆ। ਪਾਪ ਕਰੇਦਰ ਸਰਪਰ ਮੁੱਠੇ, ਅਜਰਾਇਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਨ ਹਾਰੇ, ਲੇਖਾ ਮੰਗੈ ਪਾਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।